ਗੁੱਡ ਮਾਰਨਿੰਗ ਦੋਸਤੋ, ਸਤਿ ਸ਼੍ਰੀ ਅਕਾਲ। ਵੈ ਆਹ ਵਾਲੀ ਗੁੱਡ ਮਾਰਨਿੰਗ ਨਾ ਮੇਰੀ ਬੜੇ ਦਿਨਾਂ ਬਾਅਦ ਹੋਈ ਆ, ਕਿਉਂਕਿ ਅੱਜ ਫਾਈਨਲੀ ਇਮਰੋਜ਼ ਦਾ ਸਕੂਲ ਲੱਗ ਗਿਆ ਅਤੇ ਉਹਨੂੰ ਮੈਂ ਸਕੂਲ ਭੇਜ ਗਿਆ ਠੀਕ। ਅਤੇ ਜਦੋਂ ਬਾਹਰ ਆਏ ਤਾਂ ਵੇਖਿਆ ਥੋੜ੍ਹੀ ਥੋੜ੍ਹੀ ਬਾਰਿਸ਼ ਹੋ ਰਹੀ ਹੈ ਅਤੇ ਫਿਰ ਅਸੀਂ ਬਾਲਕੋਨੀ 'ਚ ਆ ਕੇ ਬਹਿ ਗਏ ਹਾਂ। ਵੈਸੇ ਤਾਂ ਮਤਲਬ ਨੋਰਮਲੀ ਜਦੋਂ ਸਕੂਲ ਨਹੀਂ ਲੱਗਦਾ ਤਾਂ 8:30 ਉੱਠੀਦਾ ਹੀ ਆ, 9 ਵੱਜ ਗਏ ਹੁੰਦੇ ਸੀਗੇ। ਸੋ ਅੱਜ ਅਸੀਂ 6:30 ਉੱਠੇ ਹਾਂ। ਖੁੱਲ੍ਹ ਕੇ ਪੈ ਜਾ ਮੀ ਆ, ਜਾਂ ਤਾਂ ਪੈ ਜਾ, ਜਾਂ ਤਾਂ ਨਾ ਪੈ, ਵਿਖਾ ਲਈਆਂ ਤਾਂ ਨਾ ਦੇ ਸਾਨੂੰ, ਧੋਖੇ ਤਾਂ ਨਾ ਕਰ ਸਾਡੇ ਨਾਲ। ਹਾਂ, ਮੈਂ ਮੌਸਮ ਵਿਭਾਗ ਵੱਲੋਂ ਤੁਹਾਨੂੰ ਮੌਸਮ ਦੀ ਜਾਣਕਾਰੀ ਦੇਣਾ ਚਾਹਾਂਗੀ ਕਿ ਮੌਸਮ ਵਧੀਆ ਹੈ, ਬੱਦਲ ਹੋਏ ਨੇ, ਮੀਂਹ ਪੈ ਰਿਹਾ, ਸੜਕ ਗਿੱਲੀ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਮੀਂਹ ਪੈ ਰਿਹਾ ਵਾ। ਪਰ ਮੀਂਹ ਦੀਆਂ ਸਿਰਫ ਕਣੀਆਂ ਕਣੀਆਂ ਜੀਆਂ ਪੈ ਰਿਹਾ, ਜਿੱਦਾਂ ਮੀਂਹ ਪੈਣਾ ਚਾਹੀਦਾ ਉੱਦਾਂ ਨਹੀਂ ਪੈ ਰਿਹਾ। ਸੋ ਅਸੀਂ ਕਾਫੀ ਨਿਰਾਸ਼ ਹਾਂ ਅਤੇ ਬਾਬਾ ਜੀ ਬੇਨਤੀ ਕੀਤੀ ਜਾਂਦੀ ਹੈ। ਬਾਬਾ ਜੀ ਨੇ ਸਾਡੀ ਡਿਮਾਂਡ ਨੂੰ ਬਹੁਤ ਛੇਤੀ ਮੰਨ ਲਿਆ ਗਿਆ ਆ ਬਾਬਾ ਜੀ ਵੱਲੋਂ, ਅਤੇ ਆਹ ਵੇਖੋ ਜੀ ਮੀਂਹ ਆ ਗਿਆ ਆ। ਥੈਂਕ ਯੂ ਬਾਬਾ ਜੀ, ਥੈਂਕ ਯੂ ਮੋਲੇਧਾਰ ਬਾਰਿਸ਼ ਵਾਸਤੇ। ਮੈਨੂੰ ਲੱਗਦਾ ਮੈਨੂੰ ਗੱਡੀ ਗੁੱਡੀ ਮੰਗ ਲੈਣੀ ਚਾਹੀਦੀ ਸੀ ਕੋਈ। ਦੋਸਤੋ, ਮੇਰੀ ਬਾਲਕੋਨੀ ਦਾ ਸੀਨ ਇੰਨਾ ਕੁ ਜ਼ਿਆਦਾ ਸੋਹਣਾ ਹੋਇਆ ਪਿਆ ਨਾ, ਮੈਂ ਨਹੀਂ ਛੱਡੀ ਗੱਲਾਂ ਦਾ। ਨਿਆਮਤ ਦੁਬਾਰਾ ਸੌਂ ਗਈ ਹੈ ਅਤੇ ਮੈਂ ਬਣਾ ਰਹੀ ਹਾਂ ਆਪਣੇ ਵਾਸਤੇ ਖਾਣਾ, ਅਤੇ ਮਤਲਬ ਰੋਟੀ ਅਤੇ ਚਾਹ। ਮੈਨੂੰ ਇੰਨੇ ਕੁ ਵਜੇ ਭੁੱਖ ਲੱਗ ਜਾਂਦੀ ਹੈ, ਕਬਲ ਵੈਸੇ ਲੇਟ ਹੀ ਖਾਂਦੇ ਆ, ਸੋ ਮੈਨੂੰ ਭੁੱਖ ਲੱਗੀ ਸੀ ਅਤੇ ਫਿਰ ਮੈਂ ਆਪਣੇ ਵਾਸਤੇ ਰੋਟੀ ਬਣਾਉਣੀ। ਕਦੀ ਕਦੀ ਹੁੰਦਾ ਨਾ ਤੁਹਾਡਾ ਆਪਣੇ ਵਾਸਤੇ ਰੋਟੀ ਬਣਾਉਣ ਨੂੰ ਜੀ ਨਹੀਂ ਕਰਦਾ, ਮੈਨੂੰ ਭੁੱਖ ਬਹੁਤ ਲੱਗੀ ਸੀ। ਸੋ ਬਣਾ ਲਈ ਆਪਾਂ ਰੋਟੀ ਅਤੇ ਹੁਣ ਖਾਂਦੇ ਹਾਂ। ਅਤੇ ਆਪਾਂ ਖਾ ਰਹੇ ਜੀ ਰੋਟੀ ਕਾਲੀ ਦਾਲ ਅਤੇ ਭਿੰਡੀਆਂ ਨਾਲ। ਨਾਲ ਮੇਰਾ ਚੱਲ ਰਿਹਾ ਬਿਗ ਬੌਸ, ਇਹ ਮੇਰਾ ਰੋਜ਼ ਦਾ ਕੰਮ ਹੈ। ਰੋਟੀ ਖਾਂਦਿਆਂ ਮੈਂ ਸਵੇਰੇ ਨਾਲ ਬਿਗ ਬੌਸ ਲਾ ਲੈਂਦੀ ਹਾਂ, ਫਿਰ ਉਸ ਤੋਂ ਬਾਅਦ ਵੀਡੀਓਜ਼ ਬਣਾਉਣ ਲੱਗ ਗਈ, ਫਿਰ ਸ਼ਾਮ ਨੂੰ ਬਣੇ ਜੀ ਸਾਡੇ ਘਰੇ ਪਕੌੜੇ, ਕਿਉਂਕਿ ਤੁਹਾਨੂੰ ਪਤਾ ਸੀ ਮੀਂਹ ਪੈ ਰਿਹਾ ਅਤੇ ਘਰ 'ਚ ਪਕੌੜੇ ਨਾ ਬਣਨ। ਹੋਰ ਕਿਹੜਾ ਕਿਹੜਾ ਮੀਂਹ ਵੇਲੇ ਪਕੌੜੇ ਕੱਟ ਕੇ ਖਾਂਦਾ ਜ਼ਰੂਰ ਦੱਸਿਓ। ਅਤੇ ਮਤਲਬ ਥੋੜ੍ਹੇ ਜਿਹੇ ਬਣਾਏ ਸੀ ਕਿ ਮੈਂ ਪਿਆਜ਼ ਵਾਲੇ ਪਕੌੜੇ ਸੀਗੇ, ਆਲੂ ਘਰ 'ਚ ਫਿਨਿਸ਼ ਹੋ ਗਏ ਕਿ ਫਿਰ ਮੈਂ ਇਕੱਲੇ ਪਿਆਜ਼ ਵਾਲੇ ਬਣਾ ਤੇ। ਅਤੇ ਉਸ ਤੋਂ ਬਾਅਦ ਸ਼ਾਮ ਨੂੰ ਮੈਂ ਅਤੇ ਇਮਰੋਜ਼ ਗਏ ਜੀ 3B2 ਦੀ ਮਾਰਕੀਟ। ਇਮਰੋਜ਼ ਕਹਿੰਦਾ ਕਿ ਥੋੜ੍ਹਾ ਜਿਹਾ ਸਮਾਨ ਚਾਹੀਦਾ ਸੀ ਉਹਦੇ ਵਾਸਤੇ ਸਕੂਲ ਖੜਨ ਨੂੰ, ਅਤੇ ਫਿਰ ਥੋੜ੍ਹਾ ਜਿਹਾ ਸਮਾਨ ਲੈ ਕੇ ਆਏ, ਫਿਰ ਘਰ ਆ ਕੇ ਕਰਾਈ ਉਹਨੂੰ ਜੀ ਪੜ੍ਹਾਈ। ਵਿੱਚ ਸੀਜ਼ਨ ਇਜ਼ ਦਾ ਅੰਬ੍ਰੇਲਾ ਯੂਜ਼ਡ ਰੇਨੀ ਚ, ਕਿਹੜੇ ਸੀਜ਼ਨ ਚ? ਰੇਨੀ ਸੀਜ਼ਨ। ਵੈਰੀ ਗੁੱਡ। ਵਿਚ ਯੂਰ ਫੇਵਰੇਟ ਸੀਜ਼ਨ? ਵਾਟਰ ਪਾਰਕ ਸੀਜ਼ਨ ਤੇ ਸਮਰ ਵਾਲਾ ਹੁੰਦਾ। ਗੁੱਡ ਮਾਰਨਿੰਗ ਦੋਸਤੋ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਤੇ ਅੱਜ ਸਾਡੀ ਗੁੱਡ ਮਾਰਨਿੰਗ ਹੋਈ ਆ, ਅਸੀਂ ਮਤਲਬ ਬਾਹਰ ਬਹੁਤ ਸੋਹਣਾ ਮੌਸਮ ਆ, ਮੀਂਹ ਪੈਣ ਦਿਆ ਵਾ, ਅਤੇ ਇਮਰੋਜ਼ ਨੂੰ ਅਸੀਂ ਸਕੂਲ ਛੱਡ ਕੇ ਆਏ ਹਾਂ ਸਾਰੇ ਜਣੇ। ਨਿਆਮ ਤੁਹਾਨੂੰ ਇਸ ਸਲਾਹ 'ਚ ਤਾਂ ਮਿਲ ਰਹੀ ਹੈ, ਵੈਸੇ ਇਹਨੂੰ ਜਿੰਨਾ ਮਰਜ਼ੀ ਤਿਆਰ ਕਰ ਲਓ, ਤੁਹਾਨੂੰ ਇਸ ਸਲਾਹ 'ਚ ਹੀ ਮਿਲੂਗੀ। ਆਪਣੀਆਂ ਖੋਲ੍ਹ ਲੈਂਦੀ ਹੈ ਗੁੱਤਾਂ, ਅਤੇ ਜਾਂ ਮੇਰੇ ਕੋਲ ਪਤਾ ਨਹੀਂ ਬਹੁਤੀਆਂ ਕੱਸ ਕੇ ਨਹੀਂ ਹੁੰਦੀਆਂ, ਮੰਮੀ ਬਹੁਤ ਸੋਹਣੀਆਂ ਕਰਦੇ, ਉਹਨਾਂ ਦੀਆਂ ਨਹੀਂ ਖੋਲ੍ਹਦੀ ਹੁੰਦੀ। ਸੋ ਫਿਰ ਅਸੀਂ ਮੌਜ ਨੂੰ ਸਕੂਲ ਛੱਡ ਕੇ ਥੋੜ੍ਹੀ ਜਿਹੀ ਗੇੜੀ ਸ਼ੇੜੀ ਲਾਉਣ ਲੱਗ ਗਏ ਹਾਂ, ਕਿਉਂਕਿ ਕਵਲ ਨੇ ਜਿੰਮ ਲੱਭਣਾ ਸੀਗਾ ਆਪਣਾ, ਅਤੇ ਫਿਰ ਉਹਨਾਂ ਦਾ ਜਿੰਮ ਲੱਭਣ ਲਈ ਅਸੀਂ ਆਏ ਹਾਂ ਮਾਰਕੀਟ 'ਚ। ਅਤੇ ਵੇਖੋ ਜਿੰਮ ਗਵਾਚ ਨਹੀਂ ਗਿਆ, ਚਲੋ ਮਿਲਦੇ, ਲੱਭਦੇ ਪਏ ਆ, ਮਤਲਬ ਜਿੰਮ ਲੱਭ ਰਹੇ ਨੇ ਆਪਣੇ ਲਈ, ਉਹ ਜਿੰਮ ਕਰਨਾ ਚਾਹੁੰਦੇ ਨੇ, ਮਤਲਬ ਉਹਨਾਂ ਦਾ ਹੁਣ ਮਿਰਜ਼ਾ ਜਾਗ ਗਿਆ ਅੰਦਰ ਦਾ, ਸੈਂਚਰੀ ਵੱਜ ਜਾਣੀ, ਨਹੀਂ ਵੇਟ ਦੀ। ਸੋ ਇਸ ਕਰਕੇ ਹੁਣ ਜਿੰਮ ਲੱਭਦੇ ਪਏ ਆ ਕਵਲ ਦਾ, ਵੇਖਦੇ ਹਾਂ ਕਿੱਥੇ ਲੱਭਦਾ ਆ। ਵੇਖੋ ਜੀ ਬੱਦਲ ਹੋਇਆ ਆ, ਥੋੜ੍ਹਾ ਥੋੜ੍ਹਾ ਮੀਂਹ ਪੈ ਰਿਹਾ ਪੂਰ ਜੀ, ਔਰ ਬਹੁਤ ਸੋਹਣਾ ਮੌਸਮ ਹੋਇਆ ਪਿਆ ਸਵੇਰੇ ਸਵੇਰੇ ਮੁਹਾਲੀ 'ਚ। ਅਤੇ ਤੁਸੀਂ ਮੈਨੂੰ ਦੱਸੋ ਵੀ ਆਪਾਂ ਕਿੱਥੇ ਤੁਰੇ ਫਿਰਦੇ ਹਾਂ ਵੈਸੇ, ਤੁਸੀਂ ਮੈਨੂੰ ਮਤਲਬ ਗੈਸ ਕਰਕੇ ਦੱਸੋ ਵੀ ਅਸੀਂ ਕਿੱਥੇ ਤੁਰੇ ਫਿਰਦੇ ਹਾਂ, ਇੱਧਰ ਲਾਗੇ ਚਾਗੇ ਸਾਡਾ ਘਰ ਆ। ਫਿਰ ਵੇਖਦੇ ਹੀ ਵੇਖਦੇ ਨਜ਼ਾਰਾ ਐਡਾ ਕੈਂਡ ਹੋ ਗਿਆ ਦੋਸਤੋ, ਬਾਰਿਸ਼ ਆਈ, ਖੁੱਲ੍ਹ ਕੇ ਤਾਂ ਮਜ਼ਾ ਹੀ ਆ ਗਿਆ, ਅਤੇ ਸਾਡਾ ਮਨ ਬਣ ਗਿਆ ਬਾਹਰ ਬ੍ਰੇਕਫਾਸਟ ਕਰਨ ਦਾ। ਪੁੱਲੀਆ ਸਵੇਰੇ ਸਵੇਰੇ ਘੁੰਮਦਿਆਂ ਘੁੰਮਦਿਆਂ ਅਸੀਂ ਆ ਗਏ ਹਾਂ ਕਟਾਣੀ ਢਾਬੇ 'ਤੇ ਬ੍ਰੇਕਫਾਸਟ ਕਰਨ ਲਈ। ਮੀਂਹ ਬੜਾ ਪੈਣ ਦਿਆ ਅਤੇ ਫਿਰ ਮੈਂ ਕਿਹਾ ਬ੍ਰੇਕਫਾਸਟ ਵੀ ਇੱਥੇ ਕਰ ਲਈਏ। ਬ੍ਰੇਕਫਾਸਟ ਬ੍ਰੇਕਫਾਸਟ 'ਚ ਕੀ ਖਾ ਰਹੇ ਸਰ? ਬ੍ਰੇਕਫਾਸਟ ਦੇ ਵਿੱਚ ਅਸਾਂ ਪਨੀਰ ਵਾਲੇ ਕੁਲਚੇ, ਪਨੀਰ ਵਾਲੇ ਪਰਾਂਠੇ ਪਏ ਖਾਂਦੇ ਜੀ। ਹਾਂਜੀ ਨਾਮ ਤੇ
ਸੁਸਤੀ ਪਾਈ ਤੋਂ ਆ ਗਈ ਤੇ ਜਾ ਕੇ ਤੇ ਮੈਂ ਕੁਛ ਨਹੀਂ ਕਰਨਾ, ਸੌ ਜਾਣਾ, ਮੈਂ ਸੌ ਜਾਣਾ, ਵੀਡੀਓ ਵੀ ਅੱਜ ਸ਼ਾਮ ਪਾਉਣਾ। ਮੇਰਾ ਵੀ ਦਿਲ ਕਰਦਾ ਮੈਂ ਨਿਆਮਤ ਵਾਂਗੂ ਟੇਬਲ 'ਤੇ ਚੜ੍ਹ ਕੇ ਬਹਾਂ। ਬਹਿ ਸਕਦੀ ਪਲੀਜ਼? ਮੈਂ ਨਹੀਂ ਕਰਨਾ ਹੈ। ਕੀ ਆ ਵੀ ਬੱਚੇ ਹੁੰਦੇ ਆ ਤੇ ਵਧੀਆ ਹੁੰਦਾ ਜੀ। ਪਨੀਰ ਪਰੌਂਠਾ, ਪਨੀਰ ਪਰੌਂਠਾ, ਨਮਕ ਕੀ ਤੇਰੇ ਲਈ ਵੇਖਣ ਲੱਗ ਪਏ ਤੇਰਾ ਤੇਰਾ ਇਹ ਪਨੀਰ ਗਾਇਨ ਸੁਣ ਕੇ ਉਹਨਾਂ ਨੇ ਮੇਰਾ ਗਾਣਾ ਵਧੀਆ ਲੱਗਣਾ। ਕੀ ਖਾਦਾ? ਮੈਂ ਤੇ ਪਨੀਰ ਪਰੌਂਠਾ ਖਾਦਾ, ਇਹਨੇ ਕੁੜੀ ਨੇ ਕੁਛ ਨਹੀਂ ਖਾਦਾ, ਸਿਰਫ ਤਵਕੇ ਖਾਦੇ ਖਲਾਰਾ ਪਾਉਂਦੇ। ਘਰੇ ਕੀ ਬਣਿਆ? ਪਨੀਰ ਭੁਜੀ। ਮੀਂਹ 'ਚ ਵੀ ਉਹਨੂੰ ਬਾਹਰ ਆ ਕੇ ਖਾਣ ਦਾ ਮਜ਼ਾ ਹੋਰ ਹੁੰਦਾ ਨਾ, ਇੱਦਾਂ ਫਿਰ ਗਈ ਉਹਨੂੰ ਫਨ ਸ਼ਾਨੀ ਉਹਨੂੰ ਘੁੰਮੀ ਸ਼ੁਰੂ। ਨਿਆਮਤ ਕਿੱਥੇ ਚੱਲਿਆ? ਆਏ ਨਿਆਮਤ ਦਾ ਫੇਵਰੇਟ ਪਰਸ, ਬਹੁਤ ਪਸੰਦ ਹੈ ਉਹਨੂੰ ਇਹ ਪਰਸ ਤੇ ਘੁੰਮਦੀ ਪਈ ਵੇਖੋ। ਦੋਸਤੋ ਘਰੇ ਆਪਾਂ ਆ ਗਏ ਸੀਗੇ ਤੇ ਮੈਂ ਮੀਂਹ ਹਟਣ ਦੀ ਵੇਟ ਕਰ ਰਹੀ ਸੀ ਕਿਉਂਕਿ ਮੈਂ ਕੱਲ੍ਹ ਵੀ ਕੱਪੜੇ ਜਿਹੜੇ ਆ ਨਹੀਂ ਧੋਤੇ, ਆਹ ਜਾਲੀ ਜੀ ਫਟ ਗਈ ਸਾਡੀ, ਸੋ ਇਗਨੋਰ ਕਰੋ। ਸੋ ਮੈਂ ਕੱਲ੍ਹ ਵੀ ਕੱਪੜੇ ਨਹੀਂ ਸੀ ਧੋਤੇ, ਇਸ ਕਰਕੇ ਮੈਨੂੰ ਇਹ ਸੀਗਾ ਵੀ ਅੱਜ ਮੈਂ ਜਿਹੜੇ ਆ ਕੱਪੜੇ ਧੋਲਾਂ। ਆਹ ਮਸ਼ੀਨ ਮੈਂ ਲਾਈ ਆ ਕੱਪੜੇ ਧੋਣ ਲਈ ਅਤੇ ਹੁਣ ਮੈਂ ਕੱਪੜੇ ਧੋਂਦੀ ਪਈ ਹਾਂ। ਕੱਲ੍ਹ ਨਾ ਮੀਂਹ ਕਰਕੇ ਫਿਰ ਮੈਂ ਮਤਲਬ ਸਾਰਾ ਦਿਨ ਬੱਦਲਵਾਲੀ ਜੀ ਮੀਂਹ ਜਿਹਾ ਸੀਗਾ ਅਤੇ ਮੈਨੂੰ ਇਹ ਵੀ ਕੱਪੜੇ ਚੰਗੀ ਤਰ੍ਹਾਂ ਸੁੱਕਣੇ ਨਹੀਂ ਗੇ, ਫਿਰ ਮੈਂ ਧੋਤੇ ਨਹੀਂ। ਸੋ ਹੁਣ ਮੈਂ ਪਾਏ ਆ ਧੋਣ ਵਾਸਤੇ ਕੱਪੜੇ, ਨਾਲ ਮੈਂ ਬਣਾ ਰਹੀ ਹਾਂ ਨਿਆਮਤ ਅਤੇ ਇਮਰੋਜ਼ ਵਾਸਤੇ ਖਿਚੜੀ, ਕਿਉਂਕਿ ਉਹ ਰੋਟੀ ਖਾਣਾ ਬਿਲਕੁਲ ਪਸੰਦ ਨਹੀਂ ਕਰ ਰਹੇ ਦੋਨੋਂ। ਇਮਰੋਜ਼ ਵੀ ਨਹੀਂ ਕਰਦਾ ਪਿਆ, ਨਿਆਮਤ ਵੀ ਨਹੀਂ ਕਰਦੀ ਪਈ, ਸਵੇਰੇ ਵੀ ਨਿਆਮਤ ਨੇ ਕੁਛ ਨਹੀਂ ਖਾਦਾ ਅਤੇ ਉੱਦਾਂ ਹੀ ਸੌਂ ਗਈ ਆ, ਅਤੇ ਹੁਣ ਮੈਨੂੰ ਹੁੰਦਾ ਵਾ ਕਿ ਬੱਚੇ ਕੁਛ ਤਾਂ ਖਾਣ ਨਾ, ਫਿਰ ਮੈਂ ਖਿਚੜੀ ਬਣਾਉਂਦੀ ਪਈ ਤੜਕੇ ਵਾਲੀ, ਉਹ ਖਾ ਲੈਂਦੇ ਨੇ ਦੋਨੋਂ ਜਾਣੇ। ਵੈਸੇ ਤਾਂ ਕੱਪੜੇ ਕੁੱਪੜੇ ਧੋਣ ਵਾਸਤੇ ਲੱਗੀ ਹੋਈ ਆ ਸਾਡੇ ਰੀਨਾ ਨਾਮ ਹੈ ਉਹਦਾ, ਪਰ ਉਹ ਵਿਚਾਰੀ ਛੁੱਟੀਆਂ 'ਤੇ ਗਈ ਸੀਗੀ ਆਪਣੇ ਪਿੰਡ, ਮਤਲਬ ਕਹਿੰਦੀ ਸੀ ਦੀਦੀ ਮੈਂ 2 ਤਰੀਕ ਨੂੰ ਆ ਜੂੰਗੀ, ਸ਼ਾਇਦ 24-25 ਤਰੀਕ ਦੇ ਲਾਗੇ ਚਾਗੇ, ਨਹੀਂ 26 ਤਰੀਕ ਨੂੰ ਗਈ ਸੀ, ਅਤੇ 1 ਹਫ਼ਤਾ ਹੋ ਗਿਆ ਉਹ ਅੱਜ ਤੱਕ ਆਈ ਨਹੀਂ ਗਈ, ਅਤੇ ਉੱਪਰੋਂ ਮਤਲਬ ਉੱਦਣ ਦੀ ਮੈਂ ਹੀ ਕੰਮ ਕਰ ਰਹੀ ਹਾਂ, ਸਫਾਈਆਂ ਇਹ ਉਹ, ਵੈਸੇ ਉਹ ਸਭ ਕਰਦੀ ਹੈ ਸਫਾਈਆਂ ਕੱਪੜੇ ਕੁੱਪੜੇ ਸਭ ਧੋਂਦੀ ਹੈ, ਅਤੇ ਉੱਦਣ ਦੀ ਮੈਂ ਕੰਮੇ ਲੱਗੀ ਹੋਈ ਹਾਂ ਜਿੱਦਣ ਦੀ ਉਹ ਗਈ ਹੈ। ਅਤੇ ਕੁੱਕਰ 'ਚ ਮੈਂ ਖਿਚੜੀ ਧਰ ਬੈਠੀ ਹਾਂ ਅਤੇ ਇਹ ਪਤਾ ਨਹੀਂ ਖਰਾਬ ਆ ਅਤੇ ਸੀਟੀਆਂ ਹੀ ਮਾਰਨ ਦੇ, ਅੱਗੇ ਉੱਦਣ ਚੌਲ ਬਣਾਏ ਸੀ ਇਹ 'ਚ ਮੈਂ, ਅਤੇ ਉੱਦਣ ਵੀ ਕੰਮ ਖਰਾਬ ਹੋਇਆ ਸੀਗਾ, ਫਿਰ ਪੰਗੇ ਲੈ ਕੇ ਵੇਖ ਲਏ ਭਰਨੇ। ਇਮਰੋਜ਼ ਆ ਗਿਆ ਹੈ ਜੀ ਸਕੂਲ ਤੋਂ ਅਤੇ ਰੌਲਾ ਹੀ ਪਾਉਂਦਾ ਹੁੰਦਾ ਹੁੰਦਾ ਉਹ, ਘਰ ਆਇਆ ਮੇਰਾ ਬੇਬੀ ਆ, ਸਤਿ ਸ਼੍ਰੀ ਅਕਾਲ। ਅਰੇ ਵਾਹ, ਚਲੋ ਅੰਦਰ ਆ ਜਾਓ ਲਿਓ ਜੀ। ਕੱਲ੍ਹ ਇੱਥੇ ਮੋਹਾਲੀ 'ਚ ਮੀਂਹ ਪਿਆ, ਅੱਜ ਸਵੇਰੇ ਵੀ ਬਹੁਤ ਜ਼ਿਆਦਾ ਮੀਂਹ ਪਿਆ, ਪਰ ਮੀਂਹ ਤੋਂ ਬਾਅਦ ਚਿਪਚਿਪਾ ਜਿਹਾ ਮੌਸਮ ਨਹੀਂ ਹੋ ਜਾਂਦਾ ਹੁੰਦਾ, ਉਹ ਹੋਇਆ ਪਿਆ, ਇੰਨਾ ਪਸੀਨਾ ਹੁੰਦਾ ਨਾ ਇਸ ਮੌਸਮ 'ਚ, ਇਰੀਟੇਟ ਕਰਦਾ ਬਹੁਤ ਜ਼ਿਆਦਾ। ਰੋਜ਼ ਸਕੂਲੋਂ ਆ ਗਏ ਅਤੇ ਸੌਂ ਗਿਆ ਵਾ ਨਿਆਮਤ, ਭੈਣ ਜੀ ਅੱਜ ਸਵੇਰੇ ਹੀ ਸੌਂ ਗਏ ਸੀਗੇ ਅਤੇ ਉਹਨੇ ਤਾਂ ਹੁਣ ਬਿਲਕੁਲ ਨਹੀਂ ਸੌਣਾ, ਅਤੇ ਮੈਂ ਇੱਕ ਵੀਡੀਓ ਸ਼ੂਟ ਕਰਨੀ ਸੀ ਕੱਲ੍ਹ, ਮੈਂ ਇੰਸਟਾਗ੍ਰਾਮ ਦੇ ਉੱਤੇ ਆਪਣੇ ਕੁਐਸਚਨਸ ਪੁੱਛੇ ਸੀ ਤੁਹਾਡੇ ਸਾਰਿਆਂ ਤੋਂ, ਤੁਸੀਂ ਸਾਰਿਆਂ ਨੇ ਬਹੁਤ ਸਾਰੇ ਕੁਐਸਚਨਸ ਮੈਨੂੰ ਦੱਸੇ, ਮਤਲਬ ਜਿਹਨਾਂ ਦੇ ਤੁਸੀਂ ਆਨਸਰ ਚਾਹੁੰਦੇ ਹੋ, ਬੜੇ ਸਵਾਲ ਪੁੱਛੇ ਮੇਰੇ ਕੋਲ। ਸੋ ਉਹਨਾਂ ਦੇ ਆਨਸਰ ਦੇਖ ਕੇ ਮੈਂ ਵੀਡੀਓ ਸ਼ੂਟ ਕਰਨ ਲੱਗੀ ਹਾਂ, ਜੋ ਕਿ ਤੁਹਾਨੂੰ ਮੇਰੇ ਯੂਟਿਊਬ ਚੈਨਲ 'ਤੇ ਮਿਲ ਜਾਏਗੀ, ਕੱਲ੍ਹ ਵਾਲੀ ਵੀਡੀਓ ਵੇਖੋਗੇ ਉਹਦੇ ਵਿੱਚ ਦਿੱਤੇ ਹੋਏ ਨੇ ਤੁਹਾਡੇ ਸਾਰੇ ਸਾਰੇ ਸਵਾਲਾਂ ਦੇ ਜਵਾਬ ਮੈਂ। ਸੋ ਜਾ ਕੇ ਉਸ ਵੀਡੀਓ ਨੂੰ ਦੇਖੋ, ਲਾਈਕ ਕਰੋ, ਅਤੇ ਜੇ ਕੁਛ ਹੋਰ ਸਵਾਲ ਨੇ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਿਓ, ਨੈਕਸਟ ਵੀਕ ਮੈਂ ਉਹਨਾਂ ਦੇ ਜਵਾਬ ਦਊਂਗੀ, ਠੀਕ ਹੈ। ਚਲੋ ਹੁਣ ਮੈਂ ਵੀਡੀਓ ਸ਼ੂਟ ਕਰ ਲਾਂ, ਆਹ ਕੁੜੀ ਮੈਨੂੰ ਤੰਗ ਕਰ ਰਹੀ ਹੈ ਇੱਥੇ, ਇਹਨੇ ਕਰੀ ਜਾਣਾ ਆ ਹੁਣ, ਪਰ ਕੀ ਕਰੀਏ, ਕੰਮ ਤਾਂ ਕਰਨਾ ਹੀ ਆ ਨਾ ਜੀ। ਦੋਸਤੋ ਵੱਜ ਗਏ ਨੇ ਸ਼ਾਮ ਦੇ 7:30, ਅਤੇ ਫਿਰ ਮੈਂ ਵੀਡੀਓ ਬਣਾਉਣ ਲੱਗ ਗਈ ਸੀ, ਅਤੇ ਸ਼ਾਮ ਦੀਆਂ ਵੀਡੀਓਜ਼ ਵਗੈਰਾ ਸ਼ੂਟ ਕਰਕੇ
ਐਡਿਟ ਕਰਕੇ ਉਹਨੂੰ ਮੈਂ ਅਪਲੋਡ ਕਰਕੇ ਹਟੀ ਹਾਂ ਯੂਟਿਊਬ ਦੇ ਉੱਤੇ ਕੁਸ਼ਚਨ ਆਨਸਰ ਵਾਲੀ ਵੀਡੀਓ ਪਾਈ ਸੀ ਕੱਲ੍ਹ ਜਿਹੜੀ ਹੈ ਨਾ, ਅਤੇ ਉਸ ਤੋਂ ਬਾਅਦ ਦੁੱਧ ਨਹੀਂ ਸੀ ਅੱਜ ਲਿਆਂਦਾ, ਕਵਲ ਚਲੇ ਗਏ ਸੀ, ਉਹਨਾਂ ਦਾ ਇੰਟਰਵਿਊ ਸੀਗਾ ਅੱਜ, ਅਤੇ ਮੈਂ ਬੱਚਿਆਂ 'ਚ ਬਿਜ਼ੀ ਹੋ ਗਈ, ਫਿਰ ਕੋਈ ਵਲੋਗਿੰਗ ਨਹੀਂ ਕੀਤੀ, ਸੋ ਹੁਣ ਮੈਂ ਸ਼ਾਮ ਦੀ ਚਾਹ ਪੀਣ ਲੱਗੀ ਹਾਂ, ਨਾਲੇ ਦੁੱਧ ਨੂੰ ਬਾਲਾ ਦਵਾਉਂਦੇ ਹਾਂ ਅਤੇ ਨਾਲੇ ਖਿਲਾ ਚੁੱਕੀ। ਅੱਜ ਮੇਰੀ ਸ਼ਾਮ ਦੀ ਚਾਹ ਤਿਆਰ ਨਿਆਮ ਦੇਖੀ ਜਿਹੜੀ ਤਿਆਰ ਸਾਡੀ ਨਿਆਮਤ। ਸੋ ਮੌਸਮ ਵਧੀਆ ਹੋਵੇ ਅਤੇ ਫਿਰ ਸ਼ਾਮ ਦੀ ਚਾਹ ਜਿਹੜੀ ਬਾਲਕੋਨੀ 'ਚ ਬਹਿ ਕੇ ਪੀਂਦਾ ਬਹੁਤ ਮਜ਼ਾ ਆਉਂਦਾ। ਸੋ ਮੌਸਮ ਬਹੁਤ ਠੰਡਾ ਸੀਗਾ ਅਤੇ ਫਿਰ ਅਸੀਂ ਬਾਲਕੋਨੀ 'ਚ ਬਹਿ ਕੇ ਹਵਾ ਇੰਜੋਏ ਕੀਤੀ, ਨਾਲ ਮੈਂ ਇੰਜੋਏ ਕੀਤੀ ਆਪਣੀ ਸ਼ਾਮ ਦੀ ਚਾਹ। ਉਸ ਤੋਂ ਬਾਅਦ ਅਸੀਂ ਜਾਣਾ ਸੀ ਮਾਰਕੀਟ 'ਚ ਘੁੰਮਣ ਅਤੇ ਸਾਡੀ ਐਕਟੀਵਾ ਹੋ ਗਈ ਜੀ ਪੰਚਰ। ਸੋ ਐਕਟੀਵਾ ਨੂੰ ਪੰਚਰ ਲਗਾਉਣ ਲਈ ਅਸੀਂ ਰੁਕੇ, ਪਰ ਇੰਨਾ ਸ਼ੁਕਰ ਵੀ ਲਾਗੇ ਦੁਕਾਨ ਸੀਗੀ ਅਤੇ ਆਹ ਕਵਲ ਪੈਂਚਰ ਲਗਵਾ ਰਹੇ ਨੇ ਉੱਥੋਂ, ਅਤੇ ਜ਼ਿਆਦਾ ਸਾਨੂੰ ਤੁਰਨਾ ਨਹੀਂ ਪਿਆ, ਬੱਚੇ ਨਾਲ ਸੀਗੇ, ਜ਼ਿਆਦਾ ਖੱਜਲ ਖਰਾਬੀ ਨਹੀਂ ਹੋਈ, ਬਾਬਾ ਜੀ ਨੇ ਸਾਨੂੰ ਬਚਾ ਲਿਆ। ਕਰੋ ਰੋਜ਼ ਤੇ ਜਾ, ਤੁਸੀਂ ਕਲਰ ਕਿੱਥੇ ਕਰਨ ਡੇ ਹੋ? ਕਲਰ ਕਲਰਫੁਲ ਕੀ ਆਏ? ਆਹ ਕੀ ਹੈ? ਆਰ ਆਰ ਰੋਜ਼। ਆਹ ਕੀ ਬਣਾਇਆ ਤੁਸੀਂ? ਰੋਜ਼ ਨਾ ਰੇਨਬੋ। ਉਸ ਤੋਂ ਉਮੀਦ ਕਰਦੀ ਹਾਂ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ, ਵਧੀਆ ਲੱਗੇ ਤੇ ਲਾਈਕ ਕਰ ਦਿਓ, ਮੈਂ ਕਿਹਾ ਕਮੈਂਟ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ, ਤੇ ਕਮੈਂਟ 'ਚ ਦੱਸਿਓ ਵੀ ਕੀ ਇੰਪਰੂਵਮੈਂਟਸ ਮੈਂ ਕਰ ਸਕਦੀ ਹਾਂ ਵਲੌਗਿੰਗ 'ਚ, ਅਤੇ ਤੁਸੀਂ ਕੀ ਲਾਈਕ ਕਰਦੇ ਹੋ, ਕੀ ਪਸੰਦ ਕਰਦੇ ਹੋ, ਸਾਰਾ ਕੁਛ ਤੁਸੀਂ ਮੈਨੂੰ ਦੱਸ ਸਕਦੇ ਹੋ, ਆਪਣੇ ਰਿਵਿਊਜ਼ ਦੇ ਸਕਦੇ ਹੋ। ਥੈਂਕ ਯੂ ਸੋ ਮੱਚ ਪਿਆਰ ਦੇਣ ਲਈ ਅਤੇ ਸਬਸਕ੍ਰਾਈਬ ਕਰ ਦਿਓ।